ਸਾਸਤਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂਐਸਸੀ ਟੀਵੀ ਮੈਂ ਹਾਂ ਬਰਿੰਕਾ ਰਮਾਨ ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ 8 ਦੇਸ਼ਾਂ ਤੋਂ ਕੈਨੇਡਾ ਆਈਆਂ ਉਡਾਣਾਂ ਵਿੱਚ ਨਿਕਲੇ 105 ਕਰੋਨਾ ਮਰੀਜ਼ ਕੈਨੇਡਾ ਸਰਕਾਰ ਜਲਦ ਜਾਰੀ ਕਰੇਗੀ ਟੀਕਾਕਰਨ ਪਾਸਪੋਰਟ ਕੈਨੇਡਾ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਧੜਾ ਧੜ ਹੋਈ ਵੀਜ਼ਾ ਤੋਂ ਨਾ ਰਾਸ਼ਟਰਪਤੀ ਜੋ ਵਾਈਡਨ ਨੇ ਫ੍ਰਿਜਨੋ ਦੇ ਮੇਅਰ ਜੈਰੀ ਡਾਇਰ ਨਾਲ ਕੀਤੀ ਵਰਚੁਅਲ ਮੁਲਾਕਾਤ ਤਾਲੀਬਾਨ ਦਾ ਕੰਦਾਰ ਤੇ ਵੀ ਕਬਜ਼ਾ ਆਪਣੇ ਮੁਲਾਜ਼ਮਾਂ ਨੂੰ ਕੱਢਣ ਲਈ ਅਮਰੀਕੀ ਸਰਕਾਰ ਭੇਜ ਗਈ ਫੌਜ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਈਟ ਆਵਾਦੀ ਕੱਟੀ ਤੇ ਬਹੁ ਜਾਤੀਵਾਦ ਦੇ ਵਿੱਚ ਹੋਇਆ ਵਾਧਾ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ਤੇ ਤਾਂ ਪਾਬੰਦੀ ਲਾਈ ਹੋਈ ਹੈ ਪਰ ਦੁਨੀਆ ਦੇ ਹੋਰ ਨਾ ਦੇਸ਼ਾਂ ਤੋਂ ਕੈਨੇਡਾ ਆ ਰਹੇ ਹਵਾਈ ਜਹਾਜ਼ਾਂ ਵਿੱਚ ਲਗਾਤਾਰ ਕਰੋਨਾ ਦੇ ਮਰੀਜ਼ ਪਹੁੰਚ ਰਹੇ ਨੇ ਕੈਨੇਡਾ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 1 ਤੋਂ 7 ਅਗਸਤ ਤੱਕ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚੋਂ 137 ਅੰਤਰਰਾਸ਼ਟਰੀ ਉਡਾਣਾਂ ਕੈਨੇਡਾ ਪਹੁੰਚੀਆਂ ਜਿਨ੍ਹਾਂ ਵਿੱਚ 8 ਦੇਸ਼ਾਂ ਤੋਂ ਆਈਆਂ ਉਡਾਣਾਂ ਵਿੱਚ 105 ਮੁਸਾਫਰ ਕਰੋਨਾ ਪੋਜ਼ਿਟਿਵ ਨਿਕਲੇ ਜਿਨ੍ਹਾਂ ਦਾ ਇਕਾਂਤ ਵਾਸ ਕਰਕੇ ਇਲਾਜ ਚੱਲ ਰਿਹਾ ਹੈ ਰਿਪੋਰਟ ਅਨੁਸਾਰ ਅਮਰੀਕਾ 40 ਮਰੱਕੋ 15 ਹਾਲੈਂਡ 11 ਜਰਮਨ 8 ਇੰਗਲੈਂਡ 6 ਫਰਾਂਸ 8 ਤੁਰਕੀ 6 ਤੇ ਕਤਰ ਤੋਂ 5 ਕੈਨੇਡਾ ਪਹੁੰਚੇ ਮੁਸਾਫਰ कोरोना पॉजिटिव निकले ਨੇ ਸਭ ਤੋਂ ਵੱਧ করোনা ਮਰੀਜ਼ ਅਮਰੀਕਾ ਤੋਂ ਆਏ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਕੈਨੇਡੀਅਨ ਜਲਦੀ ਹੀ ਇੱਕ ਸਰਕਾਰੀ ਦਸਤਾਵੇਜ਼ ਪ੍ਰਾਪਤ ਕਰ ਸਕਣਗੇ ਜੋ ਕਿ ਰਸਮੀ ਤੌਰ ਤੇ ਵੈਕਸੀਨ ਪਾਸਪੋਰਟ ਹੋਵੇਗਾ ਜਿਸ ਵਿੱਚ ਧਾਰਕ ਦੇ ਟੀਕੇ ਦਾ ਇਤਿਹਾਸ ਟੀਕੇ ਦੀ ਕਿਸਮ ਟੀਕਾ ਕਰਨ ਦੀ ਮਿਤੀ ਟੀਕਾ ਕਰਨ ਦਾ ਸਥਾਨ ਅਤੇ ਹੋਰ ਜਾਣਕਾਰੀ ਸ਼ਾਮਲ ਹੋਵੇਗੀ ਇਹ ਪ੍ਰਮਾਣ ਪੱਤਰ ਕੈਨੇਡਾ ਵਿੱਚ ਰਹਿਣ ਵਾਲਿਆਂ ਨੂੰ ਬਧੇਰੇ ਆਸਾਨੀ ਨਾਲ ਯਾਤਰਾ ਕਰਨ ਦੀ ਆਗਿਆ ਦੇਵੇਗਾ ਅਤੇ ਇਹ ਪ੍ਰਮਾਣ ਪੱਤਰ ਕੈਨੇਡੀਅਨ ਨਾਗਰਿਕਾਂ ਸਥਾਈ ਨਿਵਾਸੀਆਂ ਅਤੇ ਅਸਥਾਈ ਨਿਵਾਸੀਆਂ ਲਈ ਵੀ ਉਪਲਬਧ ਹੋਵੇਗਾ ਇਹ ਅਧਿਕਾਰਤ ਡਿਜੀਟਲ ਪਾਸਪੋਰਟ ਸੂਬਿਆਂ ਅਤੇ ਪ੍ਰਦੇਸ਼ਾਂ ਦੁਆਰਾ ਮਹੱਈਆ ਕਰਵਾਏ ਗਏ ਡਾਟਾ ਦੀ ਵਰਤੋਂ ਕਰੇਗਾ ਜੋ ਆਪਣੇ ਵਸਨੀਕਾਂ ਦੇ ਟੀਕਾ ਕਰਨ ਦਾ ਰਿਕਾਰਡ ਰੱਖਦੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਅਗਲੇ ਸਮੈਸਟਰਾਂ ਵਾਸਤੇ 15 ਮਈ ਤੱਕ ਪ੍ਰਾਪਤ ਹੋਈਆਂ ਅਰਜ਼ੀਆਂ ਦਾ ਨਿਪਟਾਰਾ ਬੀਤੀ 6 ਅਗਸਤ ਤੱਕ ਕੀਤਾ ਗਿਆ। ਉਸ ਦੌਰਾਨ ਵੱਡੀ ਗਿਣਤੀ ਵਿੱਚ ਸਟੱਡੀ ਪਰਮਿਟ ਅਪਲੀਕੇਸ਼ਨਾਂ ਰੱਦ ਕੀਤੀਆਂ ਗਈਆਂ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਕਿਸੇ ਹੋਰ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਵਿਦਿਆਰਥੀ ਭਾਰਤ ਤੋਂ ਪੁੱਛਦੇ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲਾ ਨੇ ਸਟੂਡੈਂਟ ਡਾਇਰੈਕਟ ਸਟ੍ਰੀਮ ਨੀਤੀ ਵਿੱਚ ਭਾਰਤ ਅਤੇ ਪਾਕਿਸਤਾਨ ਸਮੇਤ ਦਰਜਨਕ ਦੇਸ਼ ਸ਼ਾਮਲ ਕੀਤੇ ਹੋਏ ਨੇ ਜਿਨ੍ਹਾਂ ਤੋਂ ਸਟੱਡੀ ਪਰਮਿਟ ਦੀਆਂ ਮਿਲਣ ਵਾਲੀਆਂ ਅਰਜ਼ੀਆਂ ਦਾ ਨਿਪਟਾਰਾ ਆਮ ਤੌਰ ਤੇ 2 ਹਫ਼ਤਿਆਂ ਵਿੱਚ ਕਰ ਦਿੱਤਾ ਜਾਂਦਾ ਹੈ ਇਹ ਵੀ ਕਿ ਦਸਤਾਵੇਜ਼ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਐਸਟੀਐਸ ਤਹਿਤ ਵੀਜ਼ਾ ਹੀ ਮਿਲ ਜਾਂਦਾ ਰਿਹਾ ਪਰ ਇਸ ਵਾਰੀ ਐਸਟੀਐਸ ਵਿੱਚ ਵੀਜ਼ਾ ਤੋਂ ਇਨਕਾਰ ਦੀ ਦਰ 50 ਤੋਂ 70 ਫੀਸਦੀ ਤੱਕ ਕੀਤੀ ਗਈ ਇਹ ਇਮੀਗ੍ਰੇਸ਼ਨ ਮਾਹਿਰ ਨੇ ਦੱਸਿਆ ਹੈ ਕਿ ਇਸ ਵਿੱਚ ਵੱਡੀ ਗਿਣਤੀ ਅਰਜ਼ੀਆਂ ਭਾਰਤੀ ਅਤੇ ਵਿਸ਼ੇਸ਼ ਕਰਕੇ ਪੰਜਾਬੀ ਨੌਜਵਾਨਾਂ ਦੀਆਂ ਨੇ ਪਤਾ ਲੱਗਾ ਹੈ ਕਿ ਸਕੂਲ ਜਾਂ ਕਾਲਜ ਦੀ ਪੜ੍ਹਾਈ ਵਿੱਚ ਘੱਟ ਨੰਬਰ ਪਰ IELTS ਟੈਸਟ ਵਿੱਚ ਵੱਡੇ ਸਕੋਰ ਦਿਖਾਉਣ ਵਾਲੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਰੱਦ ਹੋਣ ਦੀ ਦਰ ਬਹੁਤ ਵੱਧ ਚੁੱਕੀ ਹੈ। ਕਰੋਨਾ ਵਾਇਰਸ ਕਰਕੇ ਅਜੇ ਕੈਨੇਡਾ ਵਿੱਚ ਸਥਿਤੀ ਸੰਤੁਸ਼ਟੀਜਨਕ ਨਹੀਂ ਹੈ ਅਤੇ ਬੀਤੇ ਮਹੀਨਿਆਂ ਦੌਰਾਨ ਸਟੱਡੀ ਵੀਜ਼ਾ ਧਾਰਕਾਂ ਦੇ ਕੈਨੇਡਾ ਵਿੱਚ ਪੁੱਜਣ ਤੇ ਕੈਨੇਡਾ ਦੇ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ੀਡੈਂਟ ਵਿਦੇਸ਼ਾਂ ਵਿੱਚ ਵਸੇ ਹੋਣ ਕਰਕੇ ਕੈਨੇਡਾ ਸਰਕਾਰ ਦੀ ਅਲੋਚਨਾ ਵੀ ਹੁੰਦੀ ਰਹੀ। ਤਾਲਾਬੰਦੀ ਦੌਰਾਨ ਵਿਦੇਸ਼ਾਂ ਤੋਂ ਸੈਲਾਨੀਆਂ ਅਤੇ ਵਿਦਿਆਰਥੀਆਂ ਦੀ ਆਮਦ ਰੁਕੀ ਰਹੀ ਪਰ ਹੁਣ ਹਾਲਾਤ ਕੁਝ ਬਿਹਤਰ ਹੋਣ ਮਗਰੋਂ ਅਰਜ਼ੀਆਂ ਦੀ ਵੱਡਾ ਰਾਸ਼ ਪੈ ਰਹਾ ਜਿਸ ਨਾਲ ਨੌਜਿੱਤਣ ਲਈ ਵਿਭਾਗ ਵੱਲੋਂ ਵੱਡੀ ਗਿਣਤੀ ਵਿੱਚ ਵੀਜ਼ਾ ਤੋਂ ਨਾ ਹੋ ਸਕਤੀ ਹੈ ਅਗਲੇ ਸਾਲ ਤੱਕ ਸਥਿਤੀ ਆਮ ਹੋ ਜਾਣ ਦੀ ਸੰਭਾਵਨਾ ਹੈ ਅਤੇ ਵਿਦਿਆਰਥੀਆਂ ਨੂੰ ਨਵੇਂ ਸਿਰੇ ਤੋਂ ਅਰਜ਼ੀਆਂ ਲਗਵਾਉਣ ਦੇ ਮੌਕੇ ਮਿਲਦੇ ਰਹਿਣਗੇ ਅਮਰੀਕਾ ਦੇ ਰਾਸ਼ਟਰਪਤੀ ਜੋ ਵਾਈਡਨ ਵੱਲੋਂ ਬੁੱਧਵਾਰ ਨੂੰ ਦੇਸ਼ ਦੇ ਅਲੱਗ-ਅਲੱਗ ਖੇਤਰਾਂ ਵਿਚਲੇ ਪ੍ਰਤੀਨਿਧਾਂ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ ਗਈ ਜਿਸ ਵਿੱਚ ਕੈਲੀਫੋਰਨੀਆ ਸਟੇਟ ਦੇ ਸ਼ਹਿਰ ਫ੍ਰिजਨੋ ਦੇ ਮੇਅਰ ਜੈਰੀ ਡਾਇਰ ਵੀ ਸ਼ਾਮਲ ਸਨ ਇਸ ਵਰਚੁਅਲ ਮੀਟਿੰਗ ਦੌਰਾਨ ਫ੍ਰਿਜ਼ਨੋ ਦੇ ਮੇਅਰ ਸੈਨੇਟ ਦੁਆਰਾ ਮੰਗਲਵਾਰ ਨੂੰ ਪਾਸ ਕੀਤੇ ਗਏ ਟ੍ਰਿਲੀਅਨ ਡਾਲਰ ਦੇ ਇਨਫਰਾਸਟ੍ਰਕਚਰ ਬਿੱਲ ਤੇ ਚਰਚਾ ਕਰਨ ਲਈ ਦੇਸ਼ ਭਰ ਦੇ ਪੰਜ ਹੋਰ ਗਵਰਨਰਾਂ ਅਤੇ ਸਥਾਨਕ ਨੇਤਾਵਾਂ ਨਾਲ ਸ਼ਾਮਲ ਹੋਏ ਮੀਟਿੰਗ ਦੇ ਬਾਅਦ ਮੇਅਰ ਡਾਇਰ ਨੇ ਮੀਟਿੰਗ ਨੂੰ ਬਹੁਤ ਵਧੀਆ ਦੱਸਿਆ ਮੇਅਰ ਅਨੁਸਾਰ ਰਾਜਨੀਤਿਕ ਪਾਰਟੀਆਂ ਨੂੰ ਪਾਸੇ ਰੱਖਦੇ ਹੋਏ ਵਾਈਡਨ ਅਤੇ ਡਾਇਰ ਬੁਨਿਆਦੀ ਢਾਂਚੇ ਨੂੰ ਲੈ ਕੇ ਇਕਜੁੱਟ ਹੋਏ ਨੇ ਮੀਟਿੰਗ ਦੌਰਾਨ ਰਾਸ਼ਟਰਪਤੀ ਵਾਈਡਨ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਪਾਕਿਸਤਾਨ ਦੇ ਨਿਰਮਾਣ ਦੌਰਾਨ ਫ੍ਰਿਜ਼ਨੋ ਉਹਨਾਂ ਦੇ ਦਿਮਾਗ ਵਿੱਚ ਸੀ ਮੀਟਿੰਗ ਦੌਰਾਨ ਫ੍ਰਿਜਨੋ ਦੀ ਹਵਾ ਦੀ ਗੁਣਵੱਤਾ ਸੰਬੰਧੀ ਵੀ ਗੱਲਬਾਤ ਕੀਤੀ ਗਈ ਇਸ ਯੋਜਨਾ ਵਿੱਚ ਉਹਨਾਂ ਪ੍ਰੋਜੈਕਟਾਂ ਲਈ ਫੰਡਿੰਗ ਸ਼ਾਮਲ ਹੈ ਜੋ ਗੈਸਾਂ ਦੇ ਨਿਕਾਸ਼ ਨੂੰ ਘਟਾਉਣਗੇ ਅਤੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨਗੇ ਰਾਸ਼ਟਰਪਤੀ ਨੇ ਪਿਛਲੇ ਹਫ਼ਤੇ ਤੋਂ ਇਲੈਕਟ੍ਰਿਕ ਬੱਸਾਂ ਚਲਾਉਣ ਲਈ ਵੀ ਫ੍ਰਿਜਨੋ ਸ਼ਹਿਰ ਦੀ ਪ੍ਰਸ਼ੰਸਾ ਕੀਤੀ ਮੇਅਰ ਡਾਇਰ ਨੇ ਰਾਸ਼ਟਰਪਤੀ ਨੂੰ ਹਾਈ ਸਪੀਡ ਰੇਲ ਪ੍ਰੋਜੈਕਟ ਲਈ ਕੇਂਦਰੀ ਫੰਡਿੰਗ ਦੀ ਮਹੱਤਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਕੇਂਦਰੀ ਸਹਾਇਤਾ ਬਹੁਤ ਜ਼ਰੂਰੀ ਹੈ ਅਤੇ ਮੇਅਰ ਨੇ ਆਸ ਪ੍ਰਗਟਾਈ ਕਿ ਬੁਨਿਆਦੀ ਢਾਂਚੇ ਦਾ ਬਿੱਲ ਫ੍ਰਿਜਨੋ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ ਇਸ ਦੇ ਇਲਾਵਾ ਇਹ ਬਿਲ ਫ੍ਰਿਜਨੋ ਵਿੱਚ ਹਵਾਈ ਅੱਡੇ ਦੇ ਨਵੀਨੀਕਰਨ ਨੌਕਰੀਆਂ ਪੈਦਾ ਕਰਨ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਹਾਈ ਸਪੀਡ ਇੰਟਰਨੈਟ ਕਨੈਕਸ਼ਨਾਂ ਅਤੇ ਪਾਵਰ ਗ੍ਰਿਡ ਨੂੰ ਮਜ਼ਬੂਤ ਕਰਨ ਆਦਿ ਦੇ ਕੰਮਾਂ ਵਿੱਚ ਸੁਧਾਰ ਕਰੇਗਾ ਸੈਨੇਟ ਦੁਆਰਾ ਬੁਨਿਆਦੀ ਟਾਂਚੇ ਦੇ ਬਿਲ ਨੂੰ ਪਾਸ ਕਰਨ ਦੇ ਬਾਅਦ ਇਸ ਬਿਲ ਤੇ ਰਾਸ਼ਟਰਪਤੀ ਵਾਈਡਨ ਦੁਆਰਾ ਦਸਤਖਤ ਕਰਨ ਤੋਂ ਪਹਿਲਾਂ ਸਦਨ ਦੁਆਰਾ ਇੱਕ ਪੈਕੇਜ ਨੂੰ ਮਨਜ਼ੂਰੀ ਦੇਣ ਦੀ ਜ਼ਰੂਰਤ ਹੈ ਕੰਦਾਰ ਤੇ ਤਾਲੀਬਾਨ ਦਾ ਕਬਜ਼ਾ ਹੋਣ ਤੇ ਸਰਕਾਰੀ ਅਧਿਕਾਰੀ ਤੇ ਉਹਨਾਂ ਦੀ ਟੀਮ ਹਵਾਈ ਮਾਰਗ ਰਾਹੀਂ ਸ਼ਹਿਰ ਚੋਂ ਭੱਜਣ 'ਚ ਕਾਮਯਾਬ ਰਹੇ। ਇਹ ਰਾਤ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਤਾਲੀਬਾਨ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਪਰ ਸਫਕਾਨ ਫ਼ੌਸਲੇ ਹੁਣ ਤਾਲੀਬਾਨ ਰੁਕਣਾ ਲਗਭਗ ਨਾ ਸੰਭਵ ਹੁੰਦਾ ਜਾ ਰਿਹਾ। ਇਸ ਦੌਰਾਨ ਵੀਰਵਾਰ ਨੂੰ ਤਾਲੀਬਾਨ ਨੇ ਦਾਅਵਾ ਕੀਤਾ ਕਿ ਉਸਨੇ ਕੰਦਾਰ ਉੱਪਰ ਕਬਜ਼ਾ ਕਰ ਲਿਆ। ਇਹ ਅਫਗਾਨਿਸਤਾਨ ਦੀ 34 ਵਿੱਚੋਂ 12ਵੀਂ ਰਾਜਧਾਨੀ ਹੈ ਜਿਸ ਨੂੰ ਬਾਗੀਆਂ ਨੇ ਆਪਣੇ ਹਫ਼ਤੇ ਭਰ ਦੇ ਹਮਲੇ ਵਿੱਚ ਹਾਸਲ ਕੀਤਾ ਹੈ। ਕੰਦਾਰ ਪੂਰੇ ਦੇਸ਼ ਦਾ ਦੂਸਰਾ ਸਭ ਤੋਂ ਵੱਡਾ ਸ਼ਹਿਰ ਵੀ ਹੈ ਕੰਦਾਰ ਤੇ ਤਾਲੀਬਾਨ ਦਾ ਕਬਜ਼ਾ ਹੋਣ ਤੇ ਸਰਕਾਰੀ ਅਧਿਕਾਰੀਆਂ ਤੇ ਉਹਨਾਂ ਦੀ ਟੀਮ ਹਵਾਈ ਮਾਰਗ ਰਾਹੀਂ ਸ਼ਹਿਰ 'ਚ ਭਜਣ 'ਚ ਕਾਮਯਾਬ ਰਹੇ ਇਹ ਰਾਤ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਤਾਲੀਬਾਨ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਪੁਰਸਕਾਰ ਹੈ ਅਫਗਾਨਿਸਤਾਨ 'ਚ ਤੇਜ਼ੀ ਨਾਲ ਬਦਲ ਰਹੇ ਹਾਲਾਤ ਨੂੰ ਦੇਖਦੇ ਹੋਏ ਅਮਰੀਕਾ ਨੇ ਕਾਬੁਲ ਵਿੱਚ ਅਮਰੀਕੀ ਦੂਤਕਰਚੋਂ ਆਪਣੇ ਮੁਲਾਜ਼ਮਾਂ ਨੂੰ ਕੱਢਣ ਲਈ ਫੌਜ ਭੇਜਣ ਦਾ ਫੈਸਲਾ ਕੀਤਾ ਵੀਰਵਾਰ ਨੂੰ ਪੈਂਟਾਗਨ ਦੇ ਪ੍ਰੈਸ ਸਖਤਰ ਜੌਨ ਕਿਰਬੀ ਨੇ ਐਲਾਨ ਕੀਤਾ ਕਿ ਅਮਰੀਕੀ ਰੱਖਿਆ ਵਿਭਾਗ ਕਾਬੁਲ ਤੋਂ ਦੂਤਕਰ ਤੇ ਮੁਲਾਜ਼ਮ ਕੱਢਣ ਲਈ ਅਫਗਾਨਿਸਤਾਨ ਵਿੱਚ ਫੌਜ ਭੇਜੇਗਾ ਇੱਕ ਬਰੀਫਿੰਗ ਚ ਜான் ਕਿਰਵੀ ਨੇ ਕਿਹਾ ਕਿ ਅਗਲੇ 24 48 ਘੰਟਿਆਂ ਚ ਕਾਬੂਲ 에ਰਪੋਰਟ ਤੇ ਤਿੰਨ ਇਨਫੈਂਟਰੀ ਬਟਾਲੀਅਨ ਨੂੰ ਉਤਾਰਿਆ ਜਾਵੇਗਾ ਜਿਸ ਵਿੱਚ ਲਗਭਗ 3000 ਫੌਜੀ ਨੇ ਨਾਲ ਹੀ ਕਿਹਾ ਕਿ ਕਤਰ ਚ 3500 ਫੌਜੀ ਸਟੈਂਡ ਬਾਈ ਰਹੇ ਹਨ ਕਿ ਤਾਂ ਜੋ ਅਫਗਾਨਿਸਤਾਨ ਤੋਂ ਅਮਰੀਕੀ ਲੋਕਾਂ ਦੀ ਵਾਪਸੀ ਸੰਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਹੋਣ ਤੇ ਉੱਥੇ ਮਦਦ ਲਈ ਜਾਣਗੇ ਅਮਰੀਕਾ ਵਿੱਚ ਜਾਰੀ ਕੀਤੇ ਗਏ ਜਨਗਣਨਾ 2020 ਦੇ ਅੰਕੜਿਆਂ ਅਨੁਸਾਰ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਈਟ ਆਬਾਦੀ ਵਿੱਚ ਕਮੀ ਹੋਈ ਜਦਕਿ ਬਹੁਜਾਤੀ ਆਬਾਦੀ ਵਿੱਚ ਵਾਧਾ ਹੋਇਆ। ਅਮਰੀਕਾ ਦੇ ਜਨਗਣਨਾ ਅਧਿਕਾਰੀਆਂ ਨੇ ਅੰਕੜੇ ਜਾਰੀ ਕਰਦਿਆਂ ਇਹ ਖੁਲਾਸਾ ਕੀਤਾ ਹੈ ਜਨਗਣਨਾ ਬਿਊਰੋ ਦੀ ਆਬਾਦੀ ਵਿਭਾਗ ਦੇ ਨਸਲ ਤੇ ਜਾਤੀ ਖੋਜ ਬੁਖੀ ਨਿਕੋਲਸ ਜونز ਨੇ ਕਿਹਾ ਕਿ ਇਹਨਾਂ ਤਬਦੀਲੀਆਂ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਦੀ ਆਬਾਦੀ ਬਹੁ-ਜਾਤੀ ਹੈ ਤੇ ਹੁਣ ਇਸ ਵਿੱਚ ਪਹਿਲਾਂ ਦੇ ਤੋਲਾਂ ਵਿੱਚ ਬਧੇਰੇ ਭਿੰਨਤਾ ਹੈ ਜਨਗਣਨਾ ਦੇ ਅੰਕੜਿਆਂ ਅਨੁਸਾਰ 2010 ਤੋਂ ਬਾਅਦ ਗੋਰੀ ਚਮੜੀ ਵਾਲੀ ਆਬਾਦੀ ਵਿੱਚ 8. 6% ਕਮੀ ਹੋਈ ਹੈ ਇਸ ਸਮੇਂ ਅਮਰੀਕਾ ਵਿੱਚ 57.5% ਵਾਈਟ 18.7% ਲਾਤੀਨੀ ਅਮਰੀਕੀ ਲੋਕ 12.4% ਸਿਆਫਾਮ ਤੇ 6% ਏਸ਼ੀਅਨ ਮੂਲ ਦੇ ਲੋਕਾਂ ਦੀ ਆਬਾਦੀ ਹੈ ਜੌਨ ਦੇ ਅਨੁਸਾਰ ਆਬਾਦੀ ਦੇ ਸਰਵੇਖਣ ਦੇ ਢੰਗ ਤਰੀਕੇ ਵਿੱਚ ਹੋਏ ਸੁਧਾਰ ਦੇ ਸਿੱਟੇ ਵਜੋਂ ਮੌਜੂਦਾ ਅੰਕੜੇ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ ਗੈਰ ਲਾਤੀਨੀ ਅਮਰੀਕੀ ਆਬਾਦੀ ਅਮਰੀਕਾ ਵਿੱਚ ਅਜੇ ਵੀ ਸਭ ਤੋਂ ਵੱਡੀ ਜਾਤੀ ਸਮੂਹ ਹੈ ਬਰੁਕਿੰਗ ਜ਼ਿ ਮੈਟਰੋਪੋਲੀਟਨ ਦੇ ਨੀਤੀ ਪ੍ਰੋਗਰਾਮ ਦੇ ਸੀਨੀਅਰ ਅਧਿਕਾਰੀ ਵਿਲੀਅਮ ਫਰੇ ਨੇ ਜਨਨ ਆਂਕੜਿਆਂ ਉੱਪਰ ਪ੍ਰਤੀਕਰਮ ਪ੍ਰਗਟ ਕਰਦੇ ਹਾਂ ਕਿ ਹਾਕਿਸ ਤੋਂ ਦੇਸ਼ ਦੀ ਆਬਾਦੀ ਵਿੱਚ ਪਿੰਤਾ ਵਧੇਰੀ ਸਪਸ਼ਟ ਹੋਈ 2020 ਦੀ ਜਨਗਣਨਾ ਅਨੁਸਾਰ ਆਬਾਦੀ ਵਿੱਚ ਸਭ ਤੋਂ ਵੱਧ ਪਿੰਨਤਾ ਵਾਲੇ ਰਾਜਾਂ ਵਿੱਚ ਹਵਾਈ ਕੈਲੀਫੋਰਨੀਆ ਤੇ ਨਾਵੇਡਾ ਸ਼ਾਮਲ ਹਨ ਅਤੇ ਇਨ੍ਹਾਂ ਰਾਜਾਂ ਵਿੱਚ ਕ੍ਰਮਵਾਰ 76% ਸ਼ਾਮਲ ਹਨ ਇੱਥੇ ਜ਼ਿਕਰ ਯੋਗ ਹੈ ਕਿ ਜਨਗਣਨਾ ਪਹਿਲੇ ਸਰਵੇਖਣ ਦੀ ਤੁਲਨਾ ਵਿੱਚ ਵਿਸ਼ਾਲ ਜਾਂਤੀ ਅੰਕੜਿਆਂ ਦੇ ਉੱਪਰ ਆਧਾਰਿਤ ਹੈ ਅਮਰੀਕਾ ਦੇ ਮੱਧ ਪੱਛਮੀ ਖੇਤਰ ਵਿੱਚ ਆਏ ਤੂਫਾਨ ਕਾਰਨ 9 ਲੱਖ ਤੋਂ ਵੱਧ ਲੋਕਾਂ ਦੇ ਘਰਾਂ ਦੀ ਬਿਜਲੀ ਗਲ ਹੋ ਗਈ ਇਨ੍ਹਾਂ ਵਿੱਚੋਂ ਤਕਰੀਬਨ 8 ਲੱਖ ਲੋਕ ਇਕੱਲੇ ਮਿਸ਼ੀਗਨ ਖੇਤਰ ਦੇ ਹਨ ਉਹੀਓ ਵਿੱਚ 39929 ਵਿਸਕਾਸਨ ਵਿੱਚ 44829 ਤੇ ਇੰਡੀਆਨਾ ਵਿੱਚ 26552 ਲੋਕ ਬਿਜਲੀ ਤੋਂ ਬਿਨਾਂ ਰਹਿਣ ਦੇ ਮਜਬੂਰ ਨੇ ਪਾਰੀ ਬਾਰਿਸ਼ ਤੇਜ਼ ਹਵਾਵਾਂ ਤੇ ਤੂਫਾਨ ਨੇ ਲੋਕਾਂ ਨੂੰ ਮਿਸ਼ੀ ਗੰਨ ਤੱਕ ਬਿਜਲੀ ਨੂੰ ਪ੍ਰਭਾਵਿਤ ਕੀਤਾ ਜਗਾ ਜਗਾ ਦਰਖਤ ਡਿੱਗੇ ਪਏ ਨੇ ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਿਆ ਦਰਖਤਾਂ ਨੂੰ ਚੁੱਕਣ ਲਈ ਸਮਾਂ ਲੱਗ ਸਕਦਾ ਹੈ ਸ਼ਿਕਾਗੋ ਵਿੱਚ ਲੋਕ ਅਜੇ ਤੂਫਾਨ ਕਾਰਨ ਫੈਲੀ ਗੰਦਗੀ ਨੂੰ ਸਾਫ਼ ਕਰ ਹੀ ਰਹੇ ਸੀ ਕਿ ਇੱਕ ਹੋਰ ਜ਼ੋਰਦਾਰ ਤੂਫਾਨ ਆਇਆ ਜਿਸ ਦੀ ਲਪੇਟ ਵਿੱਚ ਆ ਕੇ ਡਿੱਗੇ ਦਰਖਤਾਂ ਹੇਟਕਾਰਾਂ ਨੱਪੀਆਂ ਗਈਆਂ ਮੌਸਮ ਬਾਰੇ ਕੌਮੀ ਸੇਵਾ ਨੇ ਅਜੇ ਹੋਰ ਤੂਫਾਨ ਆਉਣ ਤੋਂ ਇਨਕਾਰ ਨਹੀਂ ਕੀਤਾ ਅਮਰੀਕੀ ਏਜੰਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੁਆਰਾ ਗਰਭਪਤੀ ਔਰਤਾਂ ਨੂੰ ਵਾਇਰਸ ਤੋਂ ਸੁਰੱਖਿਆ ਪ੍ਰਾਪਤ ਕਰਨ ਲਈ ਕਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਗਈ ਸੀਡੀਸੀ ਨੇ ਬੁੱਧਵਾਰ ਨੂੰ ਇਸ ਸੰਬੰਧੀ ਨਵੇਂ ਸਬੂਤ ਜਾਰੀ ਕੀਤੇ ਜੋ ਗਰਭਵਤੀ ਔਰਤਾਂ ਨੂੰ ਕੋਵਿਡ-19 ਵੈਕਸੀਨ ਲੈਣ ਲਈ ਜੋਰ ਦਿੰਦੇ ਨੇ ਏਜੰਸੀ ਦੁਆਰਾ ਜਾਰੀ ਨਵੇਂ ਸੁਰੱਖਿਆ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਫਾਈਜ਼ਰ ਜਾਂ ਮਾਡਰਨਾ ਟੀਕੇ ਦੀ ਕਟੋ-ਕਾਟੇ ਖੁਰਾਕ ਪ੍ਰਾਪਤ ਕਰਨ ਨਾਲ ਗਰਭਪਾਤ ਦਾ ਜੋਖਮ ਘਟਦਾ ਹੈ ਜਦਕਿ ਸਿਹਤ ਮਾਹਿਰਾਂ ਅਨੁਸਾਰ ਗਰਭਵਤੀ ਔਰਤਾਂ ਜੋ ਵਾਇਰਸ ਨਾਲ ਸੰਕਰਮਿਤ ਹੋ ਜਾਂਦੀਆਂ ਹਨ ਉਹਨਾਂ ਵਿੱਚ ਗੰਭੀਰ ਬਿਮਾਰੀ ਅਤੇ ਗਰਭ ਅਵਸਥਾ ਦੀਆਂ ਸਮੱਸਿਆਵਾਂ ਦਾ ਵਧੇਰੇ ਜੋਖਮ ਹੁੰਦਾ ਹੈ ਜਿਸ ਵਿੱਚ ਗਰਭਪਾਤ ਵੀ ਸ਼ਾਮਲ ਹੈ ਸੀਡੀਸੀ ਦੇ ਅੰਕੜਿਆਂ ਦੇ ਅਨੁਸਾਰ ਦੇਸ਼ ਵਿੱਚ ਗਰਭਵ ਮਾਮਾ ਦੀ ਟੀਕਾ ਕਰਨ ਦਾ દર ਪਛੜ ਗਿਆ ਸਿਰਫ 23% ਨੂੰ ਕਟੋਕਾ ਟਿਕ ਖੁਰਾਕ ਮਿਲੀ ਇਸ ਦੇ ਇਲਾਵਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਤੋਂ ਅਗਲੇ ਕੁਝ ਹਫ਼ਤਿਆਂ ਵਿੱਚ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਨੂੰ ਜ਼ਿਆਦਾ ਸੁਰੱਖਿਆ ਦੇਣ ਲਈ ਫਾਈਜ਼ਰ ਦੇ ਟੀਕੇ ਨੂੰ ਪੂਰੀ ਤਰ੍ਹਾਂ ਮਨਜ਼ੂਰ ਕਰਨ ਬਾਰੇ ਫੈਸਲਾ ਲੈਣ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਨੂੰ ਇਸ ਵੇਲੇ ਐਮਰਜੈਂਸੀ ਵਰਤੋਂ ਦਾ ਅਧਿਕਾਰ ਦਿੱਤਾ ਗਿਆ ਪਿਛਲੇ ਹਫ਼ਤੇ ਲਾਗਲੇ ਸ਼ਹਿਰ ਦੇ ਚ ਮੰਡ ਵਿੱਚ ਵਾਪਰੀ ਗੋਲਾਬਾਰੀ ਦੀ ਘਟਨਾ ਵਿੱਚ ਮਾਰੇ ਗਏ ਨੌਜਵਾਨ ਦੀ ਪਛਾਣ ਕ੍ਰਿਸਟੋਫਰ ਸਿੰਘ ਵਜੋ ਹੋਈ ਉਹ ਡੈਲਟਾ ਦਾ ਰਹਿਣ ਵਾਲਾ ਸੀ ਅਤੇ ਉਸਦੀ Laash ਇੱਕ ਖੱਡ ਵਿੱਚੋਂ ਮਿਲੀ ਸੀ ਇੰਟੀਗ੍ਰੇਟਿਡ ਹੋਮ ਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਰਜੈਂਟ ਡੇਵਿਡ ਲੀ ਨੇ ਦੱਸਿਆ ਕਿ 23 ਸਾਲਾ ਕ੍ਰਿਸਟੋਫਰ ਸੈਂਗਨੂ ਸੋਚੀ ਸਮਝੀ ਸਾਜ਼ਿਸ਼ ਤਹਿਤ ਕਤਲ ਕੀਤਾ ਗਿਆ ਉਹਨਾਂ ਇਹ ਵੀ ਕਿਹਾ ਕਿ ਉਸ ਦਾ ਕੋਈ ਮੁਜਰੀਮਾ ਰਿਕਾਰਡ ਨਹੀਂ ਪਰ ਸ਼ੱਕ ਹੈ ਕਿ ਇਹ ਕਤਲ ਲੋਅਰ ਮਾਨ ਲੈਂਡ ਵਿੱਚ ਚੱਲ ਰਹੀ ਗੈਂਗਵਾਰ ਨਾਲ ਜੁੜਿਆ ਹੋਇਆ ਹੈ ਜ਼ਿਕਰਯੋਗ ਹੈ ਕਿ 7 ਅਗਸਤ ਨੂੰ ਆਰਸੀਐਮਪੀ ਨੂੰ ਰਿਚਮੰਡ ਦੇ ਕੈਂਪਵੇ ਰੋਡ ਅਤੇ 8 ਨੰਬਰ ਰੋਡ ਨੇੜੇ ਪਾਂਦੇ ਖੇਤੇਬਾੜੀ ਖੇਤਰ ਵਿੱਚ ਇੱਕ ਅਣਪਛਾਤੀ ਲਾਸ਼ ਸਾਰੇ ਪਤਾ ਲੱਗਾ ਸੀ ਅਤੇ ਪੁਲਿਸ ਨੂੰ ਉੱਥੇ ਇੱਕ ਖੱਡ ਵਿੱਚੋਂ ਲਾਸ਼ ਬਰਾਮਦ ਹੋਈ ਸੀ ਅਮਰੀਕਾ ਦੇ ਸਟੇਟ ਕੈਲੀਫੋਰਨੀਆ ਸਕੂਲ ਅਧਿਆਪਕਾਂ ਅਤੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਜ਼ਰੂਰੀ ਕਰਨ ਜਾ ਰਿਹਾ ਕੈਲੀਫੋਰਨੀਆ ਦੇ ਗਵਰਨਰ ਰੈਗੈਨ ਨਿਊਸਮ ਨੇ ਬੋਧਵਾਰ ਨੂੰ ਸਾਨਸ ਫ੍ਰਾਂਸਿਸਕੋ ਬੇ एरिया ਸਕੂਲ ਦੇ ਦੌਰੇ ਦੌਰਾਨ ਇਸ ਦੀ ਕੋਸ਼ਨਾ ਕੀਤੀ ਨਿਊਸਮ ਅਨੁਸਾਰ ਕੈਲੀਫੋਰਨੀਆ ਇਹ ਆਦੇਸ਼ ਦੇਣ ਵਾਲਾ ਪਹਿਲਾ ਰਾਜ ਬਣ ਜਾਵੇਗਾ ਜਿਸ ਵਿੱਚ ਸਾਰੇ ਅਧਿਆਪਕਾਂ ਅਤੇ ਸਕੂਲਾਂ ਦੇ ਹੋਰ ਕਰਮਚਾਰੀਆਂ ਨੂੰ ਕੋਵਿਡ-19 ਦਾ ਟੀਕਾ ਲਗਵਾਉਣ ਦੀ ਜ਼ਰੂਰਤ ਹੋਵੇਗੀ ਵੈਕਸੀਨ ਨਾਲ ਲਗਵਾਉਣ ਦੀ ਸੂਰਤ ਵਿੱਚ ਰੈਗੂਲਰ ਹਫਤਾਵਾਰੀ ਕਰੋਨਾ ਟੈਸਟ ਰਿਪੋਰਟ ਪੇਸ਼ ਕਰਨੀ ਪਵੇਗੀ ਇਸ ਆਦੇਸ਼ ਵਿੱਚ ਅਧਿਆਪਕ ਅਤੇ ਸਕੂਲ ਦੇ ਸਾਰੇ ਕਰਮਚਾਰੀ ਜਿਨ੍ਹਾਂ ਵਿੱਚ ਸਹਿਯੋਗੀ ਅਤੇ ਬੱਸ ਡਰਾਈਵਰ ਵੀ ਸ਼ਾਮਲ ਨੇ ਨੂੰ ਆਪਣੇ ਸਕੂਲ ਡਿਸਟ੍ਰਿਕਟ ਵਿੱਚ ਟੀਕਾ ਕਰਨ ਦੀ ਸਥਿਤੀ ਦਾ ਸਬੂਤ ਦਿਖਾਉਣਾ ਜ਼ਰੂਰੀ ਹੈ ਸਟੇਟ ਦੇ ਪਬਲਿਕ ਹਾਲਤ ਵਿਭਾਗ ਅਨੁਸਾਰ ਇਹ ਨਵੀਂ ਨੀਤੀ ਪਬਲਿਕ ਅਤੇ ਪ੍ਰਾਈਵੇਟ ਦੋਵੇਂ ਸਕੂਲਾਂ ਤੇ ਲਾਗੂ ਹੁੰਦੀ ਹੈ ਅਤੇ 8 ਲੱਖ ਤੋਂ ਵੱਧ ਕਰਮਚਾਰੀਆਂ ਨੂੰ ਪ੍ਰਭਾਵਿਤ ਕਰੇਗੀ ਜਿਨ੍ਹਾਂ ਵਿੱਚ ਲਗਭਗ 320 ਹਜ਼ਾਰ ਪਬਲਿਕ ਸਕੂਲਾਂ ਦੇ ਅਧਿਆਪਕ ਅਤੇ ਸਹਾਇਤਾ ਕਰਮਚਾਰੀ ਜਿਵੇਂ ਕਿ ਕੈਫੇਟੇਰੀਆ ਕਰਮਚਾਰੀ ਅਤੇ ਕਲੀਨਰ ਸ਼ਾਮਲ ਨੇ ਇਹ ਆਦੇਸ਼ ਸਕੂਲ ਵੋਲੰਟੀਅਰਸ ਤੇ ਵੀ ਲਾਗੂ ਹੋਵੇਗਾ ਇਹ ਆਦੇਸ਼ ਅਨੁਸਾਰ ਸਕੂਲ ਅਤੇ ਸਕੂਲ ਨਾਲ ਸੰਬੰਧਿਤ ਹੋਰ ਕਰਮਚਾਰੀ 15 ਅਕਤੂਬਰ ਤੱਕ ਇਸ ਦੀ ਪਾਲਣਾ ਕਰਨ ਸਟੇਟ ਦੇ ਕਈ ਵੱਡੇ ਸਕੂਲੀ ਜ਼ਿਲ੍ਹਿਆਂ ਨੇ ਹਾਲ ਹੀ ਦੇ ਦਿਨਾਂ ਵਿੱਚ ਜਈਆਂ ਜ਼ਰੂਰਤਾਂ ਲਾਗੂ ਕੀਤੀਆਂ ਜਿਨ੍ਹਾਂ ਵਿੱਚ ਸਾਨਸ ਫਰਾਂਸਿਸਕੋ, ਓਕਲੈਂਡ, ਸੈਨ ਹੋਜ਼ੋ ਅਤੇ ਲਾਂਗ ਬੀਚ ਯੂਨੀਫਾਈਡ ਆਰ ਦਾ ਸਕੂਲ ਡਿਸਟ੍ਰਿਕਟ ਸ਼ਾਮਲ ਹਨ ਅਮਰੀਕੀ ਸ਼ਹਿਰ ਸ਼ਿਕਾਗੋ ਵਿੱਚ ਵਧ ਰਹੇ ਅਪਰਾਧਾਂ ਅਤੇ ਪਿਛਲੇ ਦਿਨੀ ਮਹਿਲਾ ਪੁਲਿਸ ਅਧਿਕਾਰੀ ਦੀ ਗੋਲੀ ਮਾਰ ਕੇ ਕਤਲ ਕੀਤੀ ਗਈ ਘਟਨਾ ਦੇ ਬਾਅਦ ਪੁਲਿਸ ਵਿਭਾਗ ਨੂੰ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਨ ਲਈ ਇਸ ਤੇ ਸਾਲਾਨਾ ਬਜਟ ਵਿੱਚ ਵਾਧਾ ਕੀਤਾ ਜਾਵੇਗਾ ਸ਼ਿਕਾਗੋ ਦੀ ਮੇਅਰ ਲੋਰੀਨ ਨੇ ਬੁੱਧਵਾਰ ਨੂੰ ਅਗਲੇ ਸਾਲ ਪੁਲਿਸ ਵਿਭਾਗ ਦੀ ਫੰਡਿੰਗ ਵਿੱਚ ਵਾਧਾ ਕਰਨ ਦਾ ਵਾਅਦਾ ਕੀਤਾ ਲਾਈਟ ਫੁੱਟ ਅਨੁਸਾਰ ਪੁਲਿਸ ਵਿਭਾਗ ਵਿੱਚ ਅਧਿਕਾਰੀਆਂ ਦੀ ਪਰਤੀ ਅਤੇ ਨਾਲ ਹੀ ਪੁਲਿਸ ਅਧਿਕਾਰੀਆਂ ਦੀ ਸਿਹਤ ਅਤੇ ਤੰਦਰੁਸਤੀ ਲਈ ਸਰੋਤਾਂ ਦਾ ਵਧਾਉਣ ਲਈ ਬਜਟ ਵਿੱਚ ਵਾਧਾ ਜ਼ਰੂਰੀ ਹੈ ਹਾਲਾਂਕਿ ਮੇਅਰ ਵੱਲੋਂ ਵਿਭਾਗ ਦੇ 1.6 ਬਿਲੀਅਨ ਡਾਲਰ ਦੇ ਬਜਟ ਨੂੰ ਕਿੰਨਾ ਹੋਰ ਵਧਾਉਣ ਦੀ ਯੋਜਨਾ ਬਾਰੇ ਕੋਈ ਸੰਕੇਤ ਨਹੀਂ ਦਿੱਤਾ ਲਾਈਟਫੁੱਟ ਦਾ ਅਗਲੇ ਸਾਲ ਲਈ ਪੁਲਿਸ ਬਜਟ ਵਧਾਉਣ ਦਾ ਇਹ ਫੈਸਲਾ ਇੱਕ ਮੈਲਾ ਪੁਲਿਸ ਅਫਸਰ ਇਲਾ ਫ੍ਰੈਂਚ ਦੀ ਮੌਤ ਦੇ ਮੱਦੇ ਨਜ਼ਰ ਆਇਆ ਜਿਸ ਨੂੰ ਡਿਊਟੀ ਦੌਰਾਨ ਗੋਲੀ ਮਾਰ ਦਿੱਤੀ ਸੀ ਇਸ ਦੇ ਇਲਾਵਾ ਸਿਟੀ ਵਿੱਚ ਵੱਧ ਰਹੀਆਂ ਅਪਰਾਧ ਦਰਾਂ ਵੀ ਬਜਟ ਵਾਦੇ ਦੀ ਮੰਗ ਕਰਦੀਆਂ ਨੇ ਜ਼ਿਕਰ ਯੋਗ ਹੈ ਕਿ 29 ਸਾਲਾ ਫ੍ਰੈਂਚ ਨੂੰ ਸ਼ਨੀਵਾਰ ਨੂੰ ਸ਼ਹਿਰ ਦੀ ਸਾਊਥ ਸਾਈਡ ਵਿੱਚ ਗੋਲੀ ਮਾਰ ਦਿੱਤੀ ਗਈ ਅਤੇ ਉਸ ਦਾ ਸਾਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਇਸ ਦੌਰਾਨ ਪੁਲਿਸ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਸਿਰਫ ਇਸ ਸਾਲ ਵਿੱਚ ਹੁਣ ਤੱਕ ਸ਼ਿਕਾਗੋ ਵਿੱਚ ਹੋਈਆਂ ਹਤਿਆਵਾਂ ਅਤੇ ਗੋਲਾਬਾਰੀ ਦੀਆਂ ਘਟਨਾਵਾਂ ਦੀ ਗਿਣਤੀ 220 ਦੇ ਅਪਰਾਧ ਦਰਾਂ ਨੂੰ ਪਾਰ ਕਰ ਚੁੱਕੀ ਹੈ 9 ਅਗਸਤ ਨੂੰ ਖਤਮ ਹੋਏ ਹਫਤੇ ਵਿੱਚ ਸ਼ਿਕਾਗੋ ਵਿੱਚ ਪਿਛਲੇ ਸਾਲ ਦੀ ਸੀਮਾਤ ਦੇ ਮੁਕਾਬਲੇ ਹਤਿਆਵਾਂ ਦੀ ਸੰਖਿਆ 120% ਵਧੀ ਜਿਸ ਦੇ ਤਹਿਤ ਇਸ ਸਾਲ 474 ਕਤਲ ਅਤੇ 2100 ਗੋਲਾਬਾਰੀ ਦੀਆਂ ਘਟਨਾਵਾਂ ਹੋ ਚੁੱਕੀਆਂ ਨੇ ਇਸ ਲਈ ਬੱਧ ਰਹੇ ਅਪਰਾਧ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਜ਼ਰੂਰੀ ਕਦਮ ਚੁੱਕਣੇ ਬਹੁਤ ਜ਼ਰੂਰੀ ਨੇ ਅਮਰੀਕਾ ਦੀਆਂ ਕਈ ਸਟੇਟਾਂ ਵਿੱਚ ਕਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਹੋ ਰਿਹਾ ਜਿਸ ਕਰਕੇ ਕਈ ਸੂਬੇ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਦੇ ਵਧ ਰਹੇ ਦਾਖਲਿਆਂ ਕਾਰਨ ਭਵਿੱਖੀ ਚਿੰਤਾ ਦੇ ਮੱਦੇਨਜ਼ਰ ਕੇਂਦਰੀ ਸਰਕਾਰ ਤੋਂ ਸਹਾਇਤਾ ਦੀ ਮੰਗ ਕਰ ਰਹੇ ਹਨ ਇਨਾਂ ਵਿੱਚ ਮੀਸੀਸੀਪੀ ਫਾਲੋ ਰਿਡਾ ਅਤੇ ਲੂਸੀਆਨਾ ਆਦੂ ਸੂਬੇ ਸਟਾਫ ਅਤੇ ਹਸਪਤਾਲਾਂ ਦੀ ਸਮਰੱਥਾ ਦੀਆਂ ਚਿੰਤਾਵਾਂ ਦੀ ਰਿਪੋਰਟ ਕਰਨ ਵਾਲਿਆਂ ਵਿੱਚ ਸ਼ਾਮਲ ਨੇ ਇਸ ਸੰਬੰਧੀ ਰਿਪੋਰਟਾਂ ਦੇ ਅਨੁਸਾਰ ਮੀਸੀਸੀਪੀ ਦੇ ਅਧਿਕਾਰੀਆਂ ਨੇ ਮਿਲਟਰੀ ਹਸਪੀਟਲ ਸ਼ਿਪ ਯੂ ਐਸ ਐਨ ਐਸ ਕੰਫਰਟ ਦੀ ਵਰਤੋਂ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਕੋਵਿਡ-19 ਦੇ ਮਰੀਜ਼ਾਂ ਦੀ ਸਹਾਇਤਾ ਕੀਤੀ ਜਾ ਸਕੇ ਮੀਸੀਸੀਪੀ ਦੇ ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਪੁਸ਼ਟੀ ਕਰਦਿਆਂ ਦੱਸਿਆ ਕਿ ਸਟੇਟ ਪ੍ਰਸ਼ਾਸਨ ਨੇ ਬੇਨਤੀ ਕੀਤੀ ਹੈ ਕਿ ਕੇਂਦਰ ਸਰਕਾਰ ਯੂ ਐਸ ਐਨ ਐਸ ਕੰਫਰਟ ਵਰਗੇ ਫੌਜੀ ਹਸਪਤਾਲ ਦੇ ਜਹਾਜ਼ ਨੂੰ ਭੇਜੇ ਜਿਸ ਨੇ ਪਿਛਲੇ ਸਾਲ ਨਿਊਯਾਰਕ ਸਿਟੀ ਵਿੱਚ 180 ਤੋਂ ਵੱਧ ਕੋਵਿਡ-19 ਮਰੀਜ਼ਾਂ ਦਾ ਇਲਾਜ ਕੀਤਾ ਸੀ ਮਿਸਸੀਪੀ ਦੇ ਸਿਹਤ ਸੰਭਾਲ ਪ੍ਰਣਾਲੀ ਕਰੋਨਾ ਮਰੀਜ਼ਾਂ ਦੇ ਵਾਧੇ ਅਤੇ ਸਟਾਫ ਦੀ ਘਾਟ ਕਰਨ ਗੰਬੀਰ ਸਥਿਤੀ ਦਾ ਸਾਹਮਣਾ ਕਰ ਰਹੀ ਮਿਸਸੀਪੀ ਯੂਨੀਵਰਸਿਟੀ ਦੇ ਮੈਡੀਕਲ ਸੈਂਟਰ ਅਨੁਸਾਰ ਇਸ ਵੇਲੇ ਹਸਪਤਾਲ ਦੇ 70 ਕਰਮਚਾਰੀ ਕੁਆਰੰਟਾਈਨ ਵਿੱਚ ਨੇ ਅਤੇ ਮੈਡੀਕਲ ਸੈਂਟਰ ਇਸ ਦੇ ਇੱਕ ਬੇਸਮੈਂਟ ਵਿੱਚ ਇੱਕ ਫੀਲਡ ਹਸਪਤਾਲ ਸਥਾਪਿਤ ਕਰੇਗਾ ਗਵਰਨਰ ਟੇਟ ਰਿਵਿਊਸ ਦੇ ਅਨੁਸਾਰ ਆਸਪਾਰ ਵਿੱਚ ਲੇਬਰ ਸਟਾਫ ਦੀ ਕਮੀ ਦੇ ਦੌਰਾਨ 920 ਹੋਰ ਸਿਹਤ ਸੰਭਾਲ ਕਰਮਚਾਰੀਆਂ ਦੀ ਜ਼ਰੂਰਤ ਹੈ ਇਸ ਤੋਂ ਇਲਾਵਾ ਹੋਰਾਂ ਰਾਜਾਂ ਜਿਵੇਂ ਕਿ ਲੂਸੀਆਨਾ ਫਲੋਰੀਡਾ ਵਿੱਚ ਵੀ ਹਸਪਤਾਲ ਭਵਿੱਖੀ ਹੰਕੜ ਦੀ ਭਾਵਨਾ ਨਾਲ ਨਜਿੱਠਣ ਲਈ ਯਤਨ ਕਰ ਰਹੇ ਨੇ ਜਿਸ ਵਿੱਚ ਵੈਂਟੀਲੇਟਰਾਂ ਐਂਬੂਲੈਂਸਾਂ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਸ਼ਾਮਿਲ ਹੈ ਅਫਗਾਨਿਸਤਾਨ ਦੇ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਨੇ ਤਾਲਿਬਾਨ ਦੇ ਕੰਧਾਰ ਤੇ ਕਬਜ਼ੇ ਤੋਂ ਬਾਅਦ ਅਮਰੀਕਾ ਤੇ ਇੰਗਲੈਂਡ ਨੇ ਆਪਣੇ ਦੂਤ ਘਰ ਨੂੰ ਖਾਲੀ ਕਰਨ ਵੱਲ ਕਦਮ ਵਧਾਇਆ ਦੂਤ ਘਰਾਂ ਵਿੱਚ ਕੰਮ ਕਰਨ ਵਾਲਿਆਂ ਦੀ ਸੁਰੱਖਿਅਤ ਵਾਪਸੀ ਦੇ ਲਈ ਅਮਰੀਕਾ ਅਤੇ ਇੰਗਲੈਂਡ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਜਵਾਨਾਂ ਨੂੰ ਵੀ ਉੱਥੇ ਭੇਜ ਰਹੇ ਨੇ ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇੱਥੇ ਦੋ ਵੱਡੇ ਸ਼ਹਿਰ ਕੰਧਾਰ ਅਤੇ ਹਿਰਾਤ ਤੇ ਕਬਜ਼ਾ ਕਰ ਲਿਆ ਗੌਰਤਲਬ ਹੈ ਕਿ ਅਮਰੀਕਾ ਤੇ ਨਾਟੋ ਸੈਨਾ ਦੀ ਵਾਪਸੀ ਤੋਂ ਬਾਅਦ ਮਈ ਤੋਂ ਹੀ ਇੱਥੇ ਭਿਆਨਕ ਜੰਗ ਛਿੜ ਗਈ ਅਲ ਜੀਜ਼ੀਰਾ ਟੀਵੀ ਦੇ ਪਾਲੇਬਾਨ ਦੇ ਬੁਲਾਰੇ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਕਿ ਉਹਨਾਂ ਦਾ ਅਫਗਾਨਿਸਤਾਨ ਵਿੱਚ ਤੇਜ਼ੀ ਨਾਲ ਅੱਗੇ ਵਧਣਾ ਇਸ ਕੱਲ ਦਾ ਵੀ ਸੰਕੇਤ ਹੈ ਕਿ ਇੱਥੇ ਦੇ ਲੋਕ ਉਹਨਾਂ ਦਾ ਸਵਾਗਤ ਕਰ ਰਹੇ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲੈਂਕਨ ਅਤੇ ਰੱਖਿਆ ਮੰਤਰੀ ਲੌਇਡ ਨੇ ਅਫਗਾਨਿਸਤਾਨ ਦੇ ਮੁੱਦੇ ਤੇ ਰਾਸ਼ਟਰਪਤੀ ਅਬਦੁਲ ਗਨੀ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਅਫਗਾਨਿਸਤਾਨ ਦੀ ਸਥਿਰਤਾ ਅਤੇ ਸੁਰੱਖਿਆ ਦੇ ਲਈ ਪੂਰੀ ਮਦਦ ਦੇਣ ਦਾ ਵਾਅਦਾ ਕੀਤਾ ਉਹਨਾਂ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਅਮਰੀਕਾ ਅਫਗਾਨਿਸਤਾਨ ਦੇ ਸਿਆਸੀ ਹੱਲ ਦਾ ਸਮਰਥਨ ਕਰਦਾ ਹੈ ਅਮਰੀਕਾ ਰੱਖਿਆ ਵਿਭਾਗ ਪੈਂਟਾਗਨ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਉਹ ਸ਼ਨੀਚਰਵਾਰ ਤੱਕ ਉਥੇ ਐਮਬੈਸੀ ਦੇ ਸਟਾਫ ਦੀ ਸੁਰੱਖਿਅਤ ਵਾਪਸੀ ਦੇ ਲਈ ਹੋਰ 3000 ਜਵਾਨਾਂ ਨੂੰ ਭੇਜ ਰਿਹਾ ਬ੍ਰਿਟੇਨ ਇਸ ਦੇ ਲਈ ਆਪਣੇ 600 ਜਵਾਨਾਂ ਨੂੰ ਕਾਬੁਲ ਭੇਜੇਗਾ ਇਹਨਾਂ ਦੀ ਮਦਦ ਦੇ ਲਈ ਬ੍ਰਿਟੇਨ ਸਥਾਨਕ ਟਰਾਂਸਲੇਟਰ ਵੀ ਮੁਹੱਈਆ ਕਰਵਾਏਗਾ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਟ ਪ੍ਰਾਇਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਾਬੁਲ ਸਥਿਤ ਅਮਰੀਕੀ ਦੂਤਵਾਸ ਕਰਮੀਆਂ ਦੀ ਗਿਣਤੀ ਵਿੱਚ ਕਮੀ ਕੀਤੀ ਜਾਵੇਗੀ ਹਾਲਾਂਕਿ ਦੂਜੇ ਪਾਸੇ ਇਹ ਵੀ ਕਿਹਾ ਗਿਆ ਹੈ ਕਿ ਇਸ ਕੱਲ ਦੇ ਫਲਹਾਲ ਕੋਈ ਗਰੰਟੀ ਨਹੀਂ ਕਿ ਦੂਤਵਾਸਾਂ ਨੂੰ ਅੱਗੇ ਵੀ ਖੁੱਲਾ ਰੱਖਿਆ ਜਾਵੇਗਾ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਵੱਲੋਂ ਕਿਹਾ ਗਿਆ ਸੀ ਕਿ ਉਹ ਆਪਣੇ ਦੂਤਵਾਸ ਨੂੰ ਪੂਰੀ ਤਰ੍ਹਾਂ ਨਾਲ ਬੰਦ ਨਹੀਂ ਕਰਨਗੇ ਤਾਲਿਬਾਨ ਨੇ ਅਫਗਾਨਿਸਤਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਕੰਧਾਰ ਤੇ ਕਬਜ਼ਾ ਕੀਤਾ ਤਾਲਿਬਾਨ ਹੁਣ ਤੱਕ 34 ਵਿੱਚੋਂ 12 ਸੂਬਿਆਂ ਤੇ ਆਪਣੀ ਹਕੂਮਤ ਕਾਇਮ ਕਰ ਚੁੱਕਾ ਕੰਧਾਰ ਤੇ ਤਾਲਿਬਾਨ ਨੇ ਦੇਰ ਰਾਤ ਕਬਜ਼ਾ ਕੀਤਾ ਇੱਧਰ ਭਾਰਤ ਨੇ ਅਫਗਾਨਿਸਤਾਨ ਵਿੱਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫੇਰ ਤੋਂ ਐਡਵਾਈਜ਼ਰੀ ਜਾਰੀ ਕੀਤੀ ਇਸ ਵਿੱਚ ਕਿਹਾ ਗਿਆ ਹੈ ਕਿ ਉਡਾਣਾ ਬੰਦ ਹੋਣ ਤੋਂ ਪਹਿਲਾਂ ਭਾਰਤੀ ਵਤਨ-ਵਰਤਨ ਦੇ ਪ੍ਰਬੰਧ ਕਰ ਲੈਣ ਭਾਰਤੀ ਕੰਪਨੀਆਂ ਵੀ ਆਪਣੇ ਕਰਮਚਾਰੀਆਂ ਨੂੰ ਵਾਪਸ ਭੇਜਦੇ ਨਾਲ ਇਹ ਕਿਹਾ ਗਿਆ ਹੈ ਕਿ ਕਵਰੇਜ ਤੇ ਲਿਆਏ ਭਾਰਤੀ ਪੱਤਰਕਾਰਾਂ ਵੀ ਸੁਰੱਖਿਆ ਦੇ ਹੋਰ ਪ੍ਰਬੰਧ ਕਲਿਆਣ ਇਸ ਤੋਂ ਪਹਿਲਾਂ ਭਾਰਤੀ ਦੂਤਕਰ ਨੇ 29 ਜੂਨ 24 ਜੁਲਾਈ ਅਤੇ 10 ਅਗਸਤ ਨੂੰ ਵੇ ਅਡਵਾਈਸਰੀ ਜਾਰੀ ਕੀਤੀ ਸੀ ਕਾਬੁਲ ਵਿੱਚ ਭਾਰਤੀ ਦੂਤਕਰ ਨੇ ਦੱਸਿਆ ਕਿ ਤਾਲਿਬਾਨ ਦੇ ਕਬਜ਼ੇ ਵਾਲੇ ਇਲਾਕੇ ਤੋਂ ਤਿੰਨ ਭਾਰਤੀ ਇੰਜੀਨੀਅਰਾਂ ਨੂੰ 에ਅਰ ਲਿਫਟ ਕੀਤਾ ਗਿਆ ਭਾਰਤ ਨੇ ਕਿਹਾ ਸੀ ਅਫਗਾਨਿਸਤਾਨ ਵਿੱਚ ਸ਼ਾਂਤੀ ਚਾਹੁੰਦੇ ਹਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਾਚੀ ਨੇ ਦੱਸਿਆ ਕਿ ਕਾਬੁਲ ਵਿੱਚ ਭਾਰਤੀ ਦੂਤਕਰ ਬੰਦ ਨਹੀਂ ਕੀਤਾ ਚਾਹੇਗਾ ਦੁਨੀਆ ਭਰ ਵਿੱਚ ਫੈਰ ਵਰਾਰੇ ਕਰੋਨਾ ਦੇ ਅਗਲੇ ਕੁਝ ਸਾਲਾਂ ਵਿੱਚ ਬੱਚਿਆਂ ਦੀ ਬਿਮਾਰੀ ਬਣ ਕੇ ਰਹਿ ਜਾਣ ਦੀ ਸੰਭਾਵਨਾ ਹੈ ਬੀਰਬਾਰ ਨੂੰ ਛੱਪੇ ਅਕਦਨ ਮੁਤਾਬਕ ਕਰੋਨਾ ਵਾਇਰਸ ਅਗਲੇ ਕੁਝ ਸਾਲਾਂ ਚ ਹੋਰ ਸਧਾਰਨ ਜ਼ੁਕਾਮ ਵਾਲੇ ਕਰੋਨਾ ਵਾਇਰਸਾਂ ਵਾਂਗ ਵਿਵਹਾਰ ਕਰ ਸਕਦਾ ਹੈ ਇਹ ਵਾਰਸ ਜ਼ਿਆਦਾਤਰ ਉਨ੍ਹਾਂ ਛੋਟੇ ਬੱਚਿਆਂ ਨੂੰ ਪ੍ਰਭਾਵਿਤ ਕਰੇਗਾ ਜਿਨ੍ਹਾਂ ਨੂੰ ਹਾਲੇ ਤੱਕ ਟੀਕਾ ਨਹੀਂ ਲੱਗਿਆ ਇਸ ਅਦਨ ਵਿੱਚ ਸ਼ਾਮਲ ਅਮਰੀਕੀ ਨਾਰਵੇਜੀਆਈ ਟੀਮ ਨੇ ਦੇਖਿਆ ਕਿ ਕੋਵਿਡ-19 ਦੀ ਗੰਭੀਰਤਾ ਆਮ ਤੌਰ ਤੇ ਬੱਚਿਆਂ 'ਚ ਘੱਟ ਹੋਣ ਕਾਰਨ ਇਸ ਬਿਮਾਰੀ ਤੋਂ ਖਤਰਾ ਘੱਟ ਹੋਣ ਦੀ ਉਮੀਦ ਹੈ ਇਸ ਵਾਇਰਸ ਦੇ ਨਵੇਂ-ਨਵੇਂ ਵੈਰੀਐਂਟਸ ਸਭ ਤੋਂ ਜ਼ਿਆਦਾ ਵੈਕਸੀਨੇਸ਼ਨ ਕਰਨ ਵਾਲੇ ਦੇਸ਼ਾਂ 'ਚ ਇਨਫੈਕਸ਼ਨ ਦੀ ਰਫ਼ਤਾਰ ਨੂੰ ਤੇਜ਼ ਕਰ ਰਹੇ ਨੇ ਨਾਰਵੇ ਵਿੱਚ ਓਸਲੋ ਯੂਨੀਵਰਸਿਟੀ ਦੇ ਉਚਾਰ ਬਿਅਰਨਸਟਾਡ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਾਅਦ ਤੇਜ਼ੀ ਨਾਲ ਗੰਭੀਰ ਨਤੀਜਿਆਂ ਦੇ ਉਮਰ ਦੇ ਨਾਲ ਖਤਰਨਾਕ ਹੋਣ ਦਾ ਸਪਸ਼ਟ ਸੰਕੇਤ ਮਿਲਿਆ ਫਿਰ ਵੀ ਸਾਡੇ ਮਾਡਲਿੰਗ ਨਤੀਜੇ ਦੱਸਦੇ ਹਨ ਕਿ ਇਨਫੈਕਸ਼ਨ ਦਾ ਖਤਰਾ ਵੱਡਿਆਂ ਤੋਂ ਬੱਚਿਆਂ ਵੱਲ ਸ਼ਿਫਟ ਹੋਵੇਗਾ ਅਜਿਹਾ ਇਸ ਲਈ ਹੋ ਰਿਹਾ ਕਿਉਂਕਿ ਬਾਲਗ ਆਬਾਦੀ ਨੇ ਜਾਂ ਤਾਂ ਟੀਕਾ ਲਗਵਾ ਕੇ ਜਾਂ ਵਾਇਰਸ ਦੇ ਸੰਪਰਕ ਚਾਕੇ ਖੁਦ ਅੰਦਰ ਇਮਿਊਨਿਟੀ ਵਿਕ ਕਰ ਲਈ ਹੈ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂਆਂ ਵੱਲੋਂ ਮਹਿਲਕਲਾ ਵਿੱਚ ਵੱਡਾ ਇਕੱਠ ਕੀਤਾ ਗਿਆ ਇਸ ਮੌਕੇ ਆਪਣੇ ਸੰਬੋਧਨ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਸੰਗਰਾਮ ਦੀ ਧਰਤੀ ਮਹਿਲਕਲਾ ਨੂੰ ਸਲਾਮ ਕਰਦਿਆਂ ਕਿਹਾ ਕਿ ਅੱਜ ਦੇਸ਼ ਦੇ ਕਿਸਾਨ ਦੁਨੀਆ ਦਾ ਇਤਿਹਾਸਕ ਅੰਦੋਲਨ ਲੜ ਰਹੇ ਨੇ ਜਿਸ ਵਿੱਚ ਇੱਕ ਪਾਸੇ ਕਾਰਪੋਰੇਟ ਘਰਾਣੇ ਹਨ ਤੇ ਦੂਜੇ ਪਾਸੇ ਆਮ ਲੋਕ ਉੱਥੇ ਹੀ ਕਿਸਾਨ ਆਗੂ ਰੂਲਦੂ ਸਿੰਘ ਮਾਨਸਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਨੇ ਸਮਰਾਜੀ ਸੰਸਥਾਵਾਂ ਦੇ ਦਿਸ਼ਾ ਨਿਰਦੇਸ਼ ਤਹਿਤ ਕਾਰਪੋਰੇਟ ਘਰਾਣਿਆਂ ਲੁਟੇਰੇ ਹਿੱਤਾਂ ਦੀ ਪੂਰਤੀ ਲਈ ਇਹ ਕਾਨੂੰਨ ਲਿਆਂਦੇ ਇਸ ਮੌਕੇ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਕਿਹਾ ਕਿ ਔਰਤਾਂ ਉੱਪਰ ਹੁੰਦੇ ਜ਼ਬਰ ਜ਼ੁਲਮ ਦੀ ਦਾਸਤਾਂ ਬਹੁਤ ਲੰਬੀ ਹੈ ਇਹ ਕੋਈ ਨਵੀਂ ਜਾਂ ਇਕੱਲੀ ਕੈਰੀ ਘਟਾ ਨਹੀਂ ਸਗੋ ਇਸ ਨੂੰ ਵਰਤਾਰਿਆਂ ਦੀ ਕੜੀ ਵਜੋਂ ਵੇਖਣਾ ਚਾਹੀਦਾ ਹੈ ਇਸ ਤਰ੍ਹਾਂ ਦਿੱਲੀ ਬਾਰਡਰ ਤੇ ਸੇਵਾਵਾਂ ਦੇਣ ਵਾਲੇ ਡਾਕਟਰ ਸਹਿਮਾਨ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਫਿਲੀਪੀਨਸ ਨੇ ਕਰੋਨਾ ਦੇ ਡੈਲਟਾ ਵੇਰੀਐਂਟ ਦੇ ਵਾਧੇ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਅਤੇ 9 ਹੋਰ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਯਾਤਰਾ ਪਾਬੰਦੀ ਦੀ ਮਿਆਦ 21 ਅਗਸਤ ਤੱਕ ਵਧਾ ਦਿੱਤੀ ਹੈ। ਰਾਸ਼ਟਰਪਤੀ ਦੇ ਬੁਲਾਰੇ ਹੈਰੀ ਰੌਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਫਿਲੀਪੀਨਸ ਨੇ ਭਾਰਤ ਦੇ ਇਲਾਵਾ ਇਹਨਾਂ ਦੇਸ਼ਾਂ ਦੇ ਯਾਤਰਾ ਪਾਬੰਦੀ ਲਾਗੂ ਕੀਤੀ। ਇਹਨਾਂ ਵਿੱਚ ਮਲੇਸ਼ੀਆ, ਥਾਈਲੈਂਡ, ਇੰਡੋਨੇਸ਼ੀਆ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ, ਓਮਾਨ ਅਤੇ ਜੁੰਗਤ ਅਰਬ ਅਮੀਰਾਤ ਸ਼ਾਮਲ ਨੇ ਉੱਥੇ ਹੀ ਵਾਪਸੀ ਪ੍ਰੋਗਰਾਮ ਤਹਿਤ ਹੋਰ ਦੇਸ਼ਾਂ ਵਿੱਚ ਕੰਮ ਕਰ ਰਹੇ ਆਪਣੇ ਕਾਮਿਆਂ ਨੂੰ ਸਵਦੇਸ਼ਟ ਪਰਤਣ ਦੀ ਆਗਿਆ ਦਿੱਤੀ ਗਈ ਪਰ ਇੱਥੇ ਆਉਣ ਤੇ ਉਹਨਾਂ ਨੂੰ 14 ਦਿਨਾਂ ਦਾ ਇਕਾਂਤ ਵਾਸ ਜ਼ਰੂਰੀ ਹੋਵੇਗਾ ਫਿਲੀਪੀਨਜ਼ ਵਿੱਚ ਹੁਣ ਤੱਕ ਕੋਰੋਨਾ ਦੇ 10.7 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਉੱਥੇ ਹੀ 29539 ਲੋਕ ਆਪਣੀ ਜਾਨ ਗਵਾ ਚੁੱਕੇ ਨੇ ਇਸ ਵਿੱਚ ਡੈਲਟਾ ਵੇਰੀਐਂਟ ਦੇ 627 ਮਾਮਲੇ ਨੇ ਅਤੇ ਇਸ ਨਾਲ 11 ਲੋਕਾਂ ਦੀ ਮੌਤ ਹੋ ਗਈ ਹੈ ਇਸ ਸਾਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨ ਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੀਲੀਵਰਸਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ